ਚੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਅੱਜ ਆਪਾਂ ਜਾ ਰਹੇ ਹਾਂ ਇੱਕ ਬਹੁਤ ਹੀ ਵਧੀਆ ਜਗ੍ਹਾ ਆ ਹੈਮਿਲਟਨ ਦੇ ਲਾਗੇ ਕੈਂਬਰਿਜ ਦੇ ਨਾਲ, ਉਹਨੂੰ ਕਹਿੰਦੇ ਆ ਕੈਰਾਪਿਰੋ ਲੇਕ। ਅਤੇ ਐਕਸੈਂਟ ਥੋੜ੍ਹਾ ਜਿਹਾ ਚੇਂਜ ਹੋ ਸਕਦਾ, ਗੋਰਿਆਂ ਦੇ ਅੰਦਾਜ਼ ਦੇ ਵਿੱਚ ਕੁਝ ਹੋਰ ਕਹਿੰਦੇ ਹੋਣਗੇ, ਪਰ ਸਾਡੇ ਪੰਜਾਬੀਆਂ ਲਈ ਕੈਰਾਪਿਰੋ ਲੇਕ ਆ। ਨਾਲ ਭੁੱਲਰ ਸਾਹਿਬ ਆ ਸਾਡੇ, ਅੱਜ ਪੱਗ ਬੰਨ ਕੇ ਜਾ ਰਹੇ ਆ, ਅਤੇ ਨਾਲ ਮੇਰੇ ਰਾਂਝਾ ਮਨਪ੍ਰੀਤ ਸਿੰਘ ਰਾਂਝਾ ਅਤੇ ਤੁਹਾਨੂੰ ਪਤਾ ਹੀ ਆ ਜਸਦੀਪ ਸਿੰਘ ਧਨੋਵਾ, ਅਤੇ ਤੁਹਾਨੂੰ ਬਾਹਰਲੀ ਬਿਊਟੀ ਦਿਖਾਉਂਦੇ ਹਾਂ। ਅਤੇ ਮੈਂ ਮਤਲਬ ਇਹ ਚੀਜ਼ ਦਿਖਾਉਣੀ ਆ, ਉੱਥੇ ਤੁਸੀਂ ਦੇਖਿਓ ਕਿੰਨਾ ਵਧੀਆ ਡੈਮ ਬਣਾਇਆ ਉਹਨਾਂ ਨੇ, ਉੱਥੇ ਪਾਣੀ ਇਕੱਠਾ ਕਰਦੇ ਆ ਅਤੇ ਬਿਜਲੀ ਪੈਦਾ ਕਰਦੇ ਆ, ਅਤੇ ਨਾਲ ਇੱਕ ਬਹੁਤ ਛੋਟਾ ਜਿਹਾ ਵਿਊ ਆ ਜਿਹੜਾ ਇੰਨਾ ਸੋਹਣਾ ਆ, ਜਿੱਥੇ ਜਾ ਕੇ ਫੋਟੋਆਂ ਬਾਹਲੀਆਂ ਘੈਂਟ ਆਉਂਦੀਆਂ ਅਤੇ ਮਨ ਨੂੰ ਸਕੂਨ ਵੀ ਆਉਂਦਾ। ਮੇਰਾ ਫੇਵਰੇਟ ਪਲੇਸ ਆ ਉਹ, ਕਦੀ ਕਦੀ ਜਦੋਂ ਮੇਰਾ ਨਹੀਂ ਦਿਲ ਲੱਗਦਾ ਹੁੰਦਾ ਮੈਂ ਉੱਥੇ ਜਾ ਕੇ ਬਹਿੰਦਾ ਹੁੰਦਾ। ਬੱਦਲ ਆਪਾਂ ਨਿੱਕੇ ਹੁੰਦੇ ਜਿਹੜੇ ਡਿਜ਼ਨੀ ਕਾਰਟੂਨ ਆਉਂਦੇ ਹੁੰਦੇ ਸੀਗੇ, ਡਿਜ਼ਨੀ ਬੜੀ ਵਧੀਆ ਚੀਜ਼ ਆ ਜਾਣ ਦੇ ਵਿੱਚ, ਹੈ ਨਾ। ਮਾਮਾ ਦੱਸ ਤਾਂ ਦਿੰਦਾ ਵੀ ਮੈਂ ਬੈਲਟ ਲਾਈ ਸੀ, ਪਰ ਜੇ ਤੈਨੂੰ ਆਉਣੀ ਹੈ ਇਹੀ ਕੁ ਦੱਸੀ। ਹਾਂ ਦੇਖ ਲਓ ਯਾਰਾਂ ਦੇ ਹਾਲ, ਵੀ ਤੂੰ ਦੱਸ ਤਾਂ ਦੇ ਵੀ ਵੀਡੀਓ ਬਣਾਉਣ ਲਈ। ਮਾਮਾ ਤੂੰ ਬੈਲਟ ਲਾਈ ਸੀ, ਮੈਂ ਆਧਾ ਘੰਟਾ ਹੋ ਗਿਆ ਜੀ ਬੈਲਟ ਲਾ ਕੇ ਬੈਠੇ ਨੂੰ, ਅਤੇ ਮੇਰੇ ਯਾਰ ਵੇਖ ਲਓ ਕਹਿੰਦਾ ਪਰਚੀ ਤੈਨੂੰ ਆਉਣੀ ਹੈ ਇਹੀ ਕਿਉਂ ਦੱਸੀਏ। ਸਹੀ ਆ, ਇਹੀ ਆ ਮੱਥਾ ਮਾਰੀਏ। ਦੇਖ ਲਓ ਹਾਲ ਇਹਨਾਂ ਦੇ। ਨਿਊਜ਼ੀਲੈਂਡ ਦੀਆਂ ਸੋਹਣੀਆਂ ਸੋਹਣੀਆਂ ਵਾਦੀਆਂ, ਵਾਦੀਆਂ ਦੇ ਵਿੱਚੋਂ ਦੀ ਸੜਕ, ਸੜਕ ਦੇ ਉੱਤੇ ਸਾਡੀ ਕਾਰ, ਅਤੇ ਕਾਰ ਦੇ ਵਿੱਚ ਭੁੱਲਰ ਸਾਹਿਬ ਕਰਦੇ ਡਰਾਈਵ, ਅਤੇ ਵਿੱਚ ਬੈਠੇ ਹਾਂ ਅਸੀਂ ਨਾਲ। ਜਿੱਦਾਂ ਜਿੱਦਾਂ ਸੂਰਜ ਡੁੱਬੀ ਜਾਣਾ, ਉਦਾਂ ਉਦਾਂ ਮੌਸਮ ਜਿਹੜਾ ਹੋਰ ਜ਼ਿਆਦਾ ਘੈਂਟ ਹੋਈ ਜਾਣਾ, ਅਤੇ ਸੀਨਰੀ ਜਿਹੜੀ ਕੈਮਰੇ ਲਈ ਬਹੁਤ ਸੋਹਣੀ ਬਣੀ ਜਾਣੀ ਆ। ਦੇਖੋ ਕਿਆ ਬਾਤ ਆ, ਦੇਖੋ ਬਹੁਤ ਸੋਹਣੀ ਸੁਰੰਗ ਜੀ ਦਰਖਤਾਂ ਦੀ ਆਪਣੇ ਆਪ ਹੀ ਬਣੀ ਆ, ਕੋਈ ਪੈਸਾ ਲਾਉਣ ਦੀ ਲੋੜ ਨਹੀਂ ਪਈ ਇਹਨਾਂ ਨੂੰ ਸੁਰੰਗ ਬਣਾਉਣ ਲਈ, ਇਹ ਦਰਖਤਾਂ ਦੀ ਸੁਰੰਗ ਘੈਂਟ ਜੀ ਬਣ ਗਈ। ਦੇਖ ਲਓ ਆਪਣੇ ਆਪ ਹੀ ਕੁਦਰਤ ਆ ਇਹ ਨਿਊਜ਼ੀਲੈਂਡ ਦੀ। ਆਪਣੇ ਇੰਡੀਆ 'ਚ ਇਹੋ ਜਿਹੇ ਰੋਡ ਹੋਣ ਅਤੇ ਲੋਕਾਂ ਨੇ ਕਹਿਣਾ ਕਿ ਯਾਰ 9 ਵਜੇ ਤੋਂ ਬਾਅਦ ਨਾ ਜਾਇਓ, ਉੱਥੇ ਲਟੇਰੇ ਪੈਂਦੇ ਆ, ਇੱਥੇ ਭਾਵੇਂ ਤੁਸੀਂ 1 ਵਜੇ ਆ ਜਾਇਓ, ਕੋਈ ਨਹੀਂ ਕੁਛ ਵੀ ਕਹਿੰਦਾ ਕਿਸੇ ਨੂੰ। ਕਿਆ ਬਾਤ ਆ, ਇੱਥੋਂ ਲੈਫਟ ਹੋਣਾ ਪੁੱਲਰ, ਵੇਖੋ ਜੀ ਸਾਹਮਣੇ ਇੱਕ ਇੱਕ ਚੀਜ਼ ਦੇਖਣ ਵਾਲੀ ਆ, ਕੋਈ ਚੀਜ਼ ਮਿਸ ਨਹੀਂ ਕਰਨ ਵਾਲੀ। ਇੱਥੇ ਬੱਤੀਆਂ ਲੱਗੀਆਂ ਇੱਕ ਪਾਸੇ, ਇਹਨਾਂ ਨੇ ਪਾਣੀ ਸਟੋਰ ਕੀਤਾ ਇੱਥੇ, ਲੋਨੀ ਇੱਕ ਗਾਣਾ ਨਗਾ ਜਾਣਾ ਵੇ ਤੇ ਰੈਡ ਲਾਈਟ, ਹਾਂ ਰੈਡ ਲਾਈਟ ਦੀ ਵੇਟ ਕਰਨੀ ਪੈਣੀ ਆ। ਆ ਦੇਖੋ ਜੀ ਪਾਣੀ ਸਟੋਰ ਕੀਤਾ ਇਧਰਲੇ ਪਾਸੇ, ਅੱਛਾ, ਤੇ ਇਧਰਲੇ ਪਾਸੇ ਆਪਣੇ ਬਿਜਲੀ ਪੈਦਾ ਹੁੰਦੀ ਆ, ਇੱਥੋਂ ਦੀ ਲੰਘ ਸਕਦਾ 3000 kg, ਤੇ ਹਾਈਟ ਵੀ ਉਹਨਾਂ ਨੇ ਦੱਸੀ ਆ ਤੇ ਵਿਥ ਵੀ ਦੱਸੀ ਆ, ਤੇ ਮੈਕਸੀਮਮ ਵਹੀਕਲ ਟ੍ਰੇਲਰ ਲੈਂਥ ਵੀ ਦੱਸੀ ਆ, ਰੂਲ ਕੋਈ ਭੰਗ ਨਹੀਂ ਕਰਦਾ। ਲਓ ਜੀ ਹਰੀਆਂ ਬੱਤੀਆਂ ਹੋ ਗਈਆਂ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਡੈਮ ਦੇ ਉੱਤੋਂ ਦੀ ਜਾ ਰਹੇ ਹਾਂ। ਇੱਧਰਲੇ ਪਾਸੇ ਬੜਾ ਡੂੰਘਾ ਕੰਮ ਦੇਖਦਾ ਹੋ ਖਾਦੇ, ਜਦੋਂ ਪੁਲ ਦਾ ਉਦਘਾਟਨ ਕੀਤਾ ਹੋਣਾ ਜਾਂ ਪੁਲ ਬਣਾਇਆ ਹੋਣਾ, ਪਿਓਰ ਸੀਮੈਂਟ ਲਾਇਆ ਇਹਨਾਂ ਨੇ। ਆਹ ਦੇਖੋ ਉੱਤੇ ਬਿਜਲੀ ਘਰ, ਆਪਣੇ ਡੈਮ ਤੇ ਜਾਣ ਨੀ ਨਾ ਦਿੰਦੇ ਗੱਡੀਆਂ, ਮੈਨੂੰ ਲੱਗਦਾ ਬਹੁਤ ਘੱਟ ਜਾਂਦਾ। ਆਹ ਦੇਖੋ ਜੀ ਇੱਥੇ ਲੋਕ ਕੈਂਪਿੰਗ ਕਰਨ ਵੀ ਆਉਂਦੇ ਆ ਛੁੱਟੀਆਂ ਇੱਥੋਂ। ਆਹ ਦੇ ਕਿਆ ਬਾਤ ਆ, ਚਿਲ ਮੂਡ ਕਰ ਰਹੇ ਆ ਗੋਰੇ ਆਉਣ। ਦੇਖੋ ਜੀ ਤੁਸੀਂ ਵਿਊ ਦੇਖੋ, ਅਤੇ ਕਿਆ ਬਾਤ ਆ, ਇੱਥੇ ਇੰਨੀ ਕੁ ਜ਼ਿਆਦਾ ਸ਼ਾਂਤੀ ਆ।
ਇੱਥੇ ਇੰਨੀ ਕੁ ਜ਼ਿਆਦਾ ਸ਼ਾਂਤੀ ਆ ਜਦੋਂ ਤੁਹਾਡਾ ਦਿਲ ਨਹੀਂ ਲੱਗਦਾ। ਮੈਂ ਖਾਸ ਕਰਕੇ ਆਹ ਜਗ੍ਹਾ ਰੱਖੀ ਆ, ਮੈਂ ਇੱਥੇ ਆ ਜਾਂਦਾ ਹੁੰਦਾ ਅਤੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਹਵਾ ਚੱਲਦੀ ਠੰਡੀ ਠੰਡੀ ਹੈ ਇਸ ਟਾਈਮ ਦੇ ਉੱਤੇ, ਥੋੜ੍ਹੇ ਜਿਹੇ ਵਿੱਚ ਬੱਤਕਾਂ ਬੁਤਕਾਂ ਆ ਲੇਕ ਦੇ, ਮੌਸਮ ਅੱਤ ਹੋ ਜਾਂਦਾ ਇਹ ਟਾਈਮ 'ਤੇ ਆ ਕੇ, ਵਧੀਆ ਲੱਗਦਾ। ਤੁਸੀਂ ਦੇਖ ਸਕਦੇ ਹਾਂ ਉਹ ਸਾਹਮਣੇ ਘੈਂਟ ਨਾ ਚੀਜ਼ ਬਾਈ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਜਾਂ ਨਹੀਂ, ਫਿਰ ਆਪਾਂ ਦੁਬਾਰਾ ਆ ਦੇਖੋ ਮੁੱਦੇ ਪੂਰਾ ਆਪਣੀਆਂ ਆਪਣੀਆਂ ਗੱਲਾਂ ਕਰ ਰਹੇ ਆ ਅਤੇ ਇੱਧਰ ਸਾਰੇ ਚਿੱਲ ਮਾਰ ਰਹੇ ਆ, ਕੋਈ ਪਿਕਨਿਕ ਮਨਾ ਰਿਹਾ, ਕੋਈ ਆਪਦਾ ਕਰ ਰਿਹਾ। ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਬਹੁਤ ਵਧੀਆ। ਕੀ ਕਹਿਣਾ ਚਾਹੁੰਦੇ? ਐਨਕ ਲਵਾ ਲਈ ਜੇ ਤੁਹਾਡੀ, ਮੈਂ ਐਂ ਵੀ ਫੁਕਰੀ ਮਾਰ ਲਈਏ। ਸਾਹਿਬ ਕੀ ਕਹਿਣਾ ਚਾਹੁੰਦੇ ਜਗ੍ਹਾ ਬਾਰੇ? ਨੈਚੁਰਲ ਬਿਊਟੀ ਅਤੇ ਆਪਣੇ ਕੋਈ ਬਾਬਾ ਬੁੱਬਾ ਹੋਣਾ ਸੀ ਨਾ ਇਹੋ ਜਿਹੀ ਜਗ੍ਹਾ 'ਤੇ। ਕਿਸ਼ਤੀ ਦੇ ਪਿੱਛੇ ਬੰਦਾ, ਕਿਆ ਬਾਤ ਆ, ਇੱਥੇ ਹੁੰਦਾ ਹੀ ਰਹਿੰਦਾ ਇੱਦਾਂ ਦਾ, ਬਹੁਤ ਵਧੀਆ ਲੇਕ ਆ। ਬਾਕੀ ਜਿੰਨੇ ਵੀ ਵੀਡੀਓ ਦੇਖਣ ਵਾਲੇ ਸਰੋਤੇ ਆ, ਮੈਨੂੰ ਜ਼ਰੂਰ ਇੱਕ ਵਾਰੀ ਕਮੈਂਟ ਕਰਕੇ ਦੱਸਿਆ ਕਰੋ ਵੀ ਕਿੱਦਾਂ ਦੀਆਂ ਵੀਡੀਓਜ਼ ਤੁਹਾਨੂੰ ਚਾਹੀਦੀਆਂ ਹੁੰਦੀਆਂ, ਆਪਾਂ ਉੱਦਾਂ ਦੇ ਟੌਪਿਕ 'ਤੇ ਉੱਦਾਂ ਦੀਆਂ ਲੋਕੇਸ਼ਨਾਂ 'ਤੇ ਜਾ ਕੇ ਵੀਡੀਓਜ਼ ਬਣਾ ਸਕਦੇ ਹਾਂ। ਅਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਅਤੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ। ਸਨੈਪਚੈਟ 'ਤੇ ਵੀ ਫੋਲੋ ਕਰ ਲਿਓ, ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਿਓ, ਫੇਸਬੁੱਕ 'ਤੇ ਵੀ ਫੋਲੋ ਕਰ ਲਿਓ। ਲਵ ਯੂ ਸਾਰਿਆਂ ਨੂੰ, ਧੰਨਵਾਦ ਤੁਹਾਡਾ ਆਪਣਾ ਟਾਈਮ ਦੇਣ ਲਈ। ਚੜ੍ਹਦੀ ਕਲਾ 'ਚ ਰਹੋ ਹਮੇਸ਼ਾ।